वास्ते से करा दो मिनट मैं दो मिनट से गल कर नंबर एक तो मैं कहना चाहता है कि यह अंदोलन जिहड़ा तुसी सिरज दिता है इस अंदोलन के हजारा रंग हजारा रंग उन्हां हजारा रंगा नाल मिलके सांझा रंग जिहड़ा लोक संघर्ष का जिहड़ा तुसी होर पूरा कर दिता है वह लाजमी यह यकीन करता है कि तुसी जित दे दरवाजे ते खड़े हो थोड़ी छोट छोट छोटिया गल्लां जे मैं तुहानूं दसा जो पहले दिनां च असीं इत्थे आए जिहड़ी ट्रालियां च साडे घर बने हुए है उत्थे 90 साल का एक बुजुर्ग मैनूं मिले मैं उन्होंने पूछा कि बाबा जी तुसीं इत्थे की लैण आए वो कह लगे मैं पुत्रा जित लैण आया तो जित के ही जाऊंगा जित लैके जाऊंगा असी मैं लगभग सारे बॉर्डर से गया चार दिन पहला मैं शाहजहानपुर बॉर्डर से उथे एक पिंड है हनुमानगढ़ जिले के ज्वाला सिंह उतों के नौजवान सरपंच बैठे से अपने पिंड के कुछ नौजवानों को लैके बकायदा टेंट ला के किनिया बनते मैं उन्होंने गलत बातें करना पाया हरिंदर सिंह का नाम 40 साल का नौजवान सरपंच मैं पूछा दसो तुसी इत्थे कदों तक बैठोगे उन्हें क्या जवाब दिता ये तो पता लग जाता भी रंग किन्ने गूढ़े आ साडे जित वल असीं क्यों जा रहे हैं 40 साल का नौजवान सरपंच मैनूं कहण लगा भी भरा असीं तां घरों माला लैके आए हुए हैं जे तां जित के मुड़े घरदिआं नूं कह के आए हैं साडे गलां चों माला पा दिओ जे जिते ना तां साडीआं फोटोआं चों माला पा ਤੁਸੀਂ ਅੰਦਾਜ਼ਾ ਕਰੋ ਜਦੋਂ ਇੱਥੇ ਤੱਕ ਲੜਾਈ ਪਹੁੰਚ ਗਈ ਹੋਵੇ ਜੀਣ ਤੇ ਮਰਨ ਦੀ ਲੜਾਈ ਹੋਵੇ ਤਾਂ ਧੂਮਲ ਦੀ ਕਵਿਤਾ ਯਾਦ ਆਉਂਦੀ ਹੈ ਹਿੰਦੀ ਚ ਕਵਿਤਾ ਮੈਂ ਪੰਜਾਬੀ ਚ ਦੱਸ ਦਿੰਦਾ ਤੁਹਾਨੂੰ ਵੀ ਇੱਕ ਬੰਦਾ ਰੋਟੀ ਬੀਜਦਾ ਦੂਜਾ ਬੰਦਾ ਰੋਟੀ ਵੇਲਦਾ ਤੇ ਤੀਜਾ ਬਿਨਾਂ ਕੁਝ ਕੀਤਿਆਂ ਰੋਟੀ ਖਾਂਦਾ ਜਦੋਂ ਮੈਂ ਪੁੱਛਦਾ ਤੀਜਾ ਬੰਦਾ ਕੌਣ ਹੈ ਤਾਂ ਮੇਰੇ ਦੇਸ਼ ਦੀ ਪਾਰਲੀਮੈਂਟ ਮੌਨ ਹੈ ਚੁੱਪ ਹੈ ਜਿਹੜੀ ਪਾਰਲੀਮੈਂਟ ਚਲਾਉਣ ਵਾਲੇ ਲੋਕ ਹੈ ਕਿਉਂਕਿ ਮੈਨੂੰ 2 ਮਿੰਟ ਮਿਲੇ ਮੈਂ ਇੱਕੋ ਗੱਲ ਆਖਰੀ ਕਹਿਣੀ ਹੈ ਤੁਸੀਂ ਸੁਣੋ ਧਿਆਨ ਨਾਲ ਹੈ ਤਾਂ ਕਵਿਤਾ ਦੇ ਰੂਪ ਚ ਮੈਂ ਕਵਿਤਾ ਨਹੀਂ ਤੁਹਾਨੂੰ ਸੁਣਾਉਂਦਾ ਉੱਦਾਂ ਦੱਸ ਦਿੰਦਾ ਜਿਹੜੇ ਜੰਗਲੀ ਗਧੇ ਹੈ ਨਾ ਉਹ ਭਾਰਤ ਤੋਂ ਲੈ ਕੇ ਪਾਕਿਸਤਾਨ ਅਫਗਾਨਿਸਤਾਨ ਇਰਾਨ ਤੱਕ ਹੁੰਦੇ ਸੀ ਉਹ ਖਤਮ ਹੋ ਗਏ ਕਿਤੇ ਨਹੀਂ ਹੈਗੇ ਹੁਣ ਸਿਰਫ ਉਹ ਗੁਜਰਾਤ ਦੇ ਵਿੱਚ ਉਹ ਵੀ ਕੱਛ ਤੇ ਰਣ ਦਾ ਖੇਤਰ ਹੈ ਥੋੜਾ ਜਿਹਾ ਏਰੀਆ ਉਹ ਜੰਗਲੀ ਗਧੇ ਗੁਜਰਾਤ ਚ ਹੈ ਤੇ ਉਹ ਜਿਹੜੇ ਜੰਗਲੀ ਗਧੇ ਆ ਗਧੇ ਦੇ ਸਿੰਘ ਨਹੀਂ ਹੁੰਦੇ ਗਧੇ ਦੇ ਸਿੰਘ ਨਹੀਂ ਹੁੰਦੇ ਹੁਣ ਜਿਹੜੇ ਜੰਗਲੀ ਗਧੇ ਆ ਗੁਜਰਾਤ ਵਾਲੇ ਉਹਦੇ ਚ 2 ਗਧੇ ਸ਼ਿੰਗਾਰ ਕੇ ਅਡਾਨੀਆਂ ਤੇ ਅੰਬਾਨੀਆਂ ਦੇ ਦਿੱਲੀ ਵਾੜਦੇ ਆ ਤੇ ਉਹਨਾਂ ਦੇ ਸਿੰਘ ਹੋ ਗਏ ਆ ਤੇ ਉਹ ਸਿੰਘ ਤੁਸੀਂ ਥੋੜੇ ਥੋੜੇ ਤਾਂ ਭੋਲ ਦਿੱਤੇ ਆ ਪੂਰੀ ਤਰ੍ਹਾਂ ਵੀ ਤੁਸੀਂ ਭੰਨ ਦੇਣੇ ਆ ਇਸ ਗੱਲ ਦਾ ਮੈਨੂੰ ਯਕੀਨ ਹੈ ਉਹਨਾਂ ਦੇ ਸਿੰਘ ਭੰਨ ਕੇ ਉੜਾਂਗੇ ਜਿੱਤ ਕੇ ਉੜਾਂਗੇ ਲੇਖਕ ਕਲਮਕਾਰ ਤੇ ਕਿਸਾਨ ਏਕਤਾ ਜ਼ਿੰਦਾਬਾਦ ਕਿਰਤੀ ਮਜ਼ਦੂਰ ਕਿਸਾਨ ਲੇਖਕ ਏਕਤਾ ਜ਼ਿੰਦਾਬਾਦ ਮਿਹਰਬਾਨੀ ਗੱਲਾਂ ਬਹੁਤ ਹੋ ਸਕਦੀਆਂ ਸਾਡੇ ਸਾਥੀ ਕਰਨਗੇ ਮੇਰੇ ਕੋਲ 2 ਮਿੰਟ ਸੀਗੇ ਸ਼ੁਕਰੀਆ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਯੂਟਿਊਬ ਤੇ